अगर आपने हमारे चैनल को सब्सक्राइब नहीं किया है तो इसे सब्सक्राइब कर लें। गिद्दड़ बाहा के लाइनों पार इलाके के कई वार्ड में पिछले 15 दिनों से सीवरेज की समस्या से परेशान मोहल्ला के लोगों ने तंग परेशान होकर लंबी फाटक के नजदीक जाम लगाकर धरना प्रदर्शन किया गया। इस दौरान आक्रोशित लोगों ने हलका विधायक राजा वडिक सहित गिद्दड़ बाहा प्रशासन खिलाफ जम कर नारेबाजी की। सीवरेज की समस्या से परेशान लोगों ने सियासी नेताओं को यहाँ तक कह डाला कि वे आगे वोट मांगने नहीं आए व न उनका स्वागत क्षेत्रों से किया जाएगा। वही कई इलाके ऐसे भी थे जिसमें सीवरेज की समस्या लगातार बनी रहती है। ਧਰਨਾ ਲਾਇਆ ਕਿਸ ਗੱਲ ਕਰਕੇ? ਅਸੀਂ ਧਰਨਾ ਲਾਇਆ ਜੀ, 15 ਦਿਨ ਹੋ ਗਏ ਸਾਡੇ ਇੱਥੇ, ਮੀਂਹ ਦਾ ਕਾਰਨ ਹੀ ਹੈ ਬਸ, ਮੀਂਹ ਆਇਆ ਤੇ ਸੀਵਰ ਦਾ ਪਾਣੀ ਤਾਂ 24 ਘੰਟੇ ਖੜਾ ਰਹਿੰਦਾ ਬਸ, ਮੀਂਹ ਦਾ ਬਹਾਨੇ ਬਣ ਗਿਆ। ਹੁਣ ਅਸੀਂ ਕਮੇਟੀ 'ਚ ਵੀ ਜਾਏ, ਸਾਰਿਆਂ ਕੋਲ ਜਾਏ, ਕਹਿ ਦਈਏ 2 ਘੰਟਿਆਂ ਨੂੰ ਆਏ, 1 ਦਿਨ ਨੂੰ ਆਏ, ਸਾਨੂੰ 2 ਦਿਨ ਦੇ ਦਿਓ। ਪਰ ਅਸੀਂ ਅੱਕ ਕੇ ਅੱਜ ਧਰਨਾ ਲਾਇਆ ਸਾਰੀਆਂ ਬੀਬੀਆਂ, ਸਾਰਿਆਂ ਦੇ ਬੱਚੇ ਸਾਡੇ ਘਰੇ ਬਿਮਾਰ ਪਏ, ਸਕੂਲ ਨਹੀਂ ਜਾਂਦੇ, ਕੰਮ ਸਾਡੇ ਠੁੱਪ ਪਏ ਆ, ਬਿਮਾਰ ਹੋ ਕੇ ਅੱਕ ਕੇ ਅਸੀਂ ਇੱਥੇ ਆਏ ਅੱਜ ਧਰਨਾ ਲਾਉਣ ਵਾਸਤੇ। ਕਿਸੇ ਨੂੰ ਸਾਡੀ ਗੱਲ ਕੋਈ ਮੈਂਬਰ ਨਹੀਂ ਆਇਆ, ਕੋਈ MC ਨਹੀਂ ਆਉਂਦਾ, ਐਮ ਐਲ ਤਾਂ ਵੜੇ ਹੀ ਨਹੀਂ ਸਾਡੇ ਵਾਰਡ 'ਚ ਕਦੇ। ਨਗਰ ਕੌਂਸਲ ਦੇ ਕਿਸੇ ਅਧਿਕਾਰੀ ਨੂੰ ਜਾਇਆ ਜੀ? ਸਿੱਧੂ ਪ੍ਰਧਾਨ ਨੇ ਸਾਨੂੰ ਜਵਾਬ ਦਿੱਤਾ, ਮੇਰੇ ਹੱਥ 'ਚ ਕੋਈ ਪਾਵਰ ਹੀ ਹੈ ਨਹੀਂ। ਰਵੀ ਕਹਿੰਦਾ ਮੈਂ ਗਲੀ 'ਚ ਨਹੀਂ ਆਉਂਦਾ, ਸਾਡਾ ਮੈਂਬਰ ਰਵੀ ਇਹ ਕਹਿੰਦਾ ਮੈਂ ਗਲੀ 'ਚ ਨਹੀਂ ਆਉਂਦਾ, ਜੇ ਮੈਂ ਆ ਗਿਆ ਸਗੋਂ ਸੀਵਰ ਵਾਲੇ ਨੇ ਕੰਮ ਕਰਨਾ ਹੀ ਨਹੀਂ, ਇਹ ਫਿਰ ਮੈਂਬਰ ਕਾਹਦੇ ਆ ਸਾਡੇ? ਸੀਵਰੇਜ ਬੋਰਡ ਦੇ ਅਧਿਕਾਰੀ ਕੀ ਕਹਿੰਦੇ? ਉਹਨਾਂ ਨੇ 1-2 ਵਾਰ ਤਾਂ ਫੋਨ ਚੱਕਿਆ, ਕੱਲ੍ਹ ਫੋਨ ਉਹਨਾਂ ਨੇ ਬੰਦ ਕਰ ਲਿਆ, ਹੁਣ ਕਹੀ ਜਾਂਦੇ 2 ਘੰਟੇ ਆਵਾਂਗੇ, ਆਉਂਦਾ ਪਰ ਕੋਈ ਵੀ ਨਹੀਂ, ਕਹਿ ਰਹੇ ਅੱਜ ਵੀ ਪਰ ਆਉਣਗੇ ਨਹੀਂ, ਮੈਨੂੰ ਨਹੀਂ ਲੱਗਦਾ ਉਹ ਆਉਣਗੇ। SDM ਨੂੰ ਕੰਪਲੇਂਟ ਕੀਤੀ ਇਸ ਬੰਦੇ? SDM ਕੋਲ DC ਜੀ ਮੇਰੇ ਸ਼ਾਂਤੀ ਨੂੰ ਤਾਂ ਤੁਸੀਂ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਗੋਡੇ ਪਾਏ ਹੋਏ ਦੋਨੇ, ਤੁਰਿਆ ਨਹੀਂ ਜਾਂਦਾ, ਪਕੜ ਕੇ ਲਿਆਈਆਂ, 2 ਵਾਰੀ ਡਿੱਗ ਪੀ ਛੱਡ ਕੇ, ਤੇ ਮੈਂ ਪਾਣੀ ਇੰਨੇ ਭਰੇ ਖੜੇ, ਬਾਹਰ ਹੀ ਨਹੀਂ ਨਿਕਲ ਸਕਦੇ, ਮੱਛਰ ਸਾਰੀ ਰਾਤ ਖਾਂਦਾ, ਬਿਮਾਰ ਹੋ ਰਹੇ ਪਏ, ਬੁਰਾ ਹਾਲ ਹੋਇਆ ਪਿਆ ਸਾਡੇ ਘਰ ਕੋ, 15 ਦਿਨ ਹੋ ਗਏ। ਸੀਵਰੇਜ ਬੋਰਡ ਦੇ ਕਿਸੇ ਅਧਿਕਾਰੀ ਨੂੰ ਕੰਪਲੇਂਟ ਕੀਤੀ ਸੀ? ਕਮੇਟੀ 'ਚ ਸਾਰੇ ਗਏ ਸੀ, ਕੋਈ ਸੁਣਾਈ ਨਹੀਂ ਹੋਈ, ਕਮੇਟੀ 'ਚ ਫੋਟੋ ਹੋਈ ਸੀ, ਅਖਬਾਰ 'ਚ ਲਿਖਿਆ, ਕੋਈ ਸੁਣਿਆ ਨਹੀਂ, ਆਉਣ ਆਉਂਦੇ ਘੰਟੇ ਨੂੰ ਆਉਂਦੇ, ਐਂ ਕਹਿ ਦਿੰਦੇ ਆਉਣ ਦਾ ਕੋਈ ਵੀ ਹੈ ਨਹੀਂ ਗਾ ਉੱਥੇ ਕਰਨ ਵਾਸਤੇ। ਕੋਈ ਤੁਹਾਡੇ ਬਾਰ ਦਾ MC ਆ ਜੀ ਜਾਂ ਕੋਈ ਹੋਰ, ਉਹ ਕੋਈ ਸਮੱਸਿਆ ਹੁੰਦਾ ਜੀ? ਕੋਲ ਸਾਰੇ ਆ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਕੀ ਹੈ, ਹਾਂਜੀ ਬਸ ਕਹਿ ਕੇ ਚਲੇ ਜਾਂਦੇ, ਹੁਣ 2 ਘੰਟਿਆਂ ਨੂੰ ਭੇਜਦੇ ਆ, ਬੰਦਾ ਘੰਟੇ ਨੂੰ ਭੇਜਦੇ ਆ, ਆਉਣ ਦਾ ਕੋਈ ਵੀ ਹੈ। ਕੌਣ MC ਤੁਹਾਡਾ ਜੀ? MC ਆਪਣੇ ਬੋਧਰਾ ਦਾ ਹੈ, ਸ਼ਿਵਰਾਜ, ਸ਼ਿਵਰਾਜ 13 ਨੰਬਰ ਵਾਲਾ। ਸਰ, ਜਿਹੜੀ ਆ ਸੀਵਰੇਜ ਦੀ ਸਮੱਸਿਆ ਹੈ ਜੀ, ਪਿਛਲੇ 15 ਦਿਨਾਂ ਦੀ ਲੋਕ ਕਹਿ ਰਹੇ ਆ, ਅਤੇ ਅੱਜ ਤੁਸੀਂ ਮੌਕਾ ਦੇਖਣ ਵੀ ਆਏ ਹੋ ਜੀ, ਇਹ ਫੈਕਟਰੀ ਲਾਇਆ ਜੀ, ਮੈਂ ਕਾਫੀ ਦਿਨਾਂ ਤੋਂ ਸ਼ਹਿਰ ਵਿੱਚ ਬਾਰਿਸ਼ ਕਾਫੀ ਜ਼ਿਆਦਾ, ਪਾਣੀ ਵੀ ਜਮ੍ਹਾਂ ਹੋ ਗਿਆ ਸੀ। ਸੈਕਿੰਡ ਜਿਹੜੀ ਸਾਡੀ ਮੇਨ ਸੀਵਰੇਜ ਬੋਰਡ ਦੀ ਰਾਈਜ਼ਿੰਗ ਮੇਨ ਹੈ, ਹੁਣ ਇੱਥੇ ਤਾਂ ਨਵੀਂ ਪੈ ਰਹੀ ਆ 7-8 ਕਰੋੜ ਦੀ ਲਾਗਤ ਨਾਲ, ਜੋ ਪੁਰਾਣੀ ਸੀਗੀ ਉਹ ਡੈਮੇਜ ਹੋ ਗਈ ਪਈ, ਅਤੇ ਜਦੋਂ ਕਿਤੇ ਪਾਣੀ ਉੱਧਰ ਨਿਕਾਸੀ ਵਾਸਤੇ ਮੋਟਰਾਂ ਚੱਲਦੀਆਂ, ਕਿਤੇ ਨਾ ਕਿਤੇ ਉਹਦੇ ਵਿੱਚ ਲੀਕੇਜ ਆ ਜਾਂਦੀ ਹੈ, ਲੀਕੇਜ ਆ ਜਾਂਦੀ ਹੈ, ਮੋਟਰਾਂ ਬੰਦ ਹੋ ਜਾਂਦੀਆਂ, ਤਾਂ ਪਾਣੀ ਹੋਰ ਜਮ੍ਹਾਂ ਹੋ ਜਾਂਦਾ, ਅਤੇ ਹੁਣ ਕੱਲ੍ਹ ਦੀ ਜਿਹੜੀ ਹੈਗੀ ਆ ਰੈਗੂਲਰ ਮੋਟਰ ਚੱਲੀ ਜਾਂਦੀ ਹੈ, ਇਹਨਾਂ ਦੀ ਪਾਣੀ ਦੀ ਨਿਕਾਸੀ ਹੋ ਜਾਂਦੀ ਆ। ਇੱਥੇ ਹੁਣ ਆਪਾਂ ਆਏ ਹਾਂ, ਇੱਥੇ ਵੀ ਇੰਜਣ ਲਾ ਕੇ ਇਹਨਾਂ ਦੀ ਗਲੀ ਖਾਲੀ ਕਰਵਾਤੀ ਆ, ਅਤੇ ਸ਼ਾਮ ਤੱਕ ਸਾਰੇ ਟੱਕਣ ਟੱਪਣ ਇਹਨਾਂ ਤੋਂ ਖਾਲੀ ਕਰਵਾ ਕੇ ਮੇਨ ਸੀਵਰ ਇਹ ਚੱਲਦਾ ਕਰਵਾ, ਦੂਸਰਾ ਨਾਲ ਨਾਲ ਜਿਹੜੀ ਦੂਜੀ ਮਹੱਲਿਆਂ ਦਾ ਹੋਰ ਦਾ ਉਹਦਾ ਵੀ ਕੰਮ ਚੱਲੀ ਜਾਂਦਾ। ਕਾਫੀ ਜ਼ਿਆਦਾ ਗਾਰ ਫਸੀ ਹੋਈ ਹੈ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਈ, ਗਾਰ ਹੈਗੀ ਆ ਜੀ, ਗਾਰ ਪਰ ਕੀ ਆ ਨਾ, ਅੱਗੇ ਵੀ ਮੈਨੂਅਲ ਤਾਂ ਹੁਣ ਇਹ ਸਫਾਈ ਹੁੰਦੀ ਨਹੀਂ ਗਈ ਇਹਨਾਂ ਦੀ, ਆਪਣੇ ਬੈਨ ਕੀਤਾ ਵਾ ਜਿਹੜਾ ਉਹਨੂੰ ਮੇਨ ਔਰਡਰ ਨਹੀਂ ਹੁੰਦਾ, ਇਹਨਾਂ ਦਾ ਪ੍ਰੋਸੈਸ ਚੱਲ ਰਿਹਾ ਹੈਗਾ, 1 ਕਰੋੜ ਦੀ ਲਾਗਤ ਨਾਲ ਸਾਰੇ ਸ਼ਹਿਰ ਦਾ ਸੀਵਰ ਡੀ ਸਿਲਟਿੰਗ ਹੋ ਗਿਆ, ਉਹ ਪ੍ਰੋਸੈਸ ਦੇ ਵਿੱਚ ਮਸ਼ੀਨਾਂ ਰਾਹੀਂ ਸਫਾਈ, ਹਾਂਜੀ ਮਸ਼ੀਨਾਂ ਰਾਹੀਂ। ਸਰ, ਲੋਕਾਂ ਦੀ ਇਹ ਵੀ ਕਹਿਣਾ ਜੀ ਵੀ ਸਾਡੇ ਵਾਰਡ ਦੇ MC ਦੇ ਜਿਹੜੇ ਕਦੇ ਮਤਲਬ ਉਹ ਕਦੇ ਵੜੇ ਹੀ ਨਹੀਂ ਕਹਿੰਦੇ ਸਾਡੇ ਵਾਰਡ 'ਚ ਸਾਡੀ ਸਮੱਸਿਆ, ਤੇ ਉਹਨਾਂ ਨੂੰ ਨਹੀਂ MC ਦੀ ਤਾਂ ਆਪਣੀ ਜੋਬ ਆਪਾਂ ਕੁਝ ਕਹਿ ਨਹੀਂ ਸਕਦੇ, ਹਾਂਜੀ ਨਾ ਹੀ ਮਤਲਬ ਕਹਿੰਦੇ ਕੋਈ ਨਗਰ ਕੌਂਸਲ ਕੋਈ ਸੁਣਵਾਈ ਕਰ ਰਿਹਾ ਸਾਡੀ ਜੀ, ਕੰਪਲੇਂਟ ਆਉਂਦੀ ਹੈ ਜਾਂ ਪ੍ਰੋਬਲਮ ਆਉਂਦੀ ਆ, ਹਾਂਜੀ ਜ਼ਰੂਰ ਉਹਨੂੰ ਚੈੱਕ ਕਰਦੇ ਹਾਂ, ਉਹ ਸੀਵਰੇਜ ਦੇ ਜਿਹੜੇ ਅਧਿਕਾਰੀ ਕਰਮਚਾਰੀ ਆ ਉਹਨਾਂ ਨੂੰ ਵੀ ਸਮੇਂ ਸਮੇਂ ਨਾਲ ਲੈ ਕੇ ਹਦਾਇਤ ਕਰਦੇ ਹਾਂ ਵੀ ਜਿੰਨਾ ਜਲਦੀ ਹੋਵੇ ਜਿਹੜੀ ਪ੍ਰੋਬਲਮ ਹੱਲ ਕੀਤੀ ਜਾਵੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸੀਰ ਕੌਰ। ਹਾਂਜੀ, ਕਿਹੜਾ ਆਪਣੇ ਤੁਹਾਡਾ ਆਪਣੇ ਮੱਲਾ ਜੀ? 15 ਵਾਰਡ ਹੈ ਵੀਰੇ। ਹਾਂਜੀ, ਕੀ ਸਮੱਸਿਆ ਕੀ ਹੈ ਜੀ? ਸਮੱਸਿਆ ਵੀਰੇ ਸਾਡੇ ਰੋ 30 ਸਾਲ ਹੋ ਗਏ ਸਾਨੂੰ ਇੱਥੇ ਵੱਸਦਿਆਂ ਨੂੰ, ਅਸੀਂ 30 ਸਾਲਾਂ ਦੇ ਨਰਕ ਦੇਖਦੇ ਹੀ ਆਏ ਹਾਂ ਸੀਵਰਾਂ ਦਾ, ਇਹ ਸੀਵਰਾਂ ਦਾ ਸਾਡਾ ਕੋਈ ਨਰਕ 30 ਸਾਲਾਂ ਦਾ ਅੱਜ ਤੱਕ ਨਹੀਂ ਨਿਕਲਿਆ, ਹੁਣ ਸਾਡੇ ਬੱਚੇ ਹੋ ਗਏ, ਬੱਚਿਆਂ ਨੇ ਵੀ ਨਰਕ ਹੀ ਦੇਖਣਾ ਸ਼ੁਰੂ ਕੀਤਾ ਪਿਆ, ਹੁਣ ਅਸੀਂ ਪਰਸੋਂ ਮੁੰਡਾ ਵਿਆਹ ਕੇ ਲਿਆਂਦਾ ਬੁੱਧਵਾਰ,
ਬੁੱਧਵਾਰ ਅਸੀਂ ਮਸਾਂ ਅੰਦਰ ਉਹਨੂੰ ਬੀੜਾ ਕੀਤਾ, ਅੰਦਰ ਵਾੜ ਕੇ ਖਿੱਚ ਕੇ ਲੈ ਕੇ ਗਏ ਵੀ ਆਹ ਗੰਦ ਉੱਥੇ ਲੈਟਿੰਗ ਦੇ ਉੱਤੋਂ ਦੀ ਟੱਪੀ ਆ ਉਹ ਅਤੇ ਵੀ ਇਹ ਸਾਡੇ ਘਰ ਦੇ ਗਲੀ ਦੇ ਵਿੱਚ ਕੀ ਹਾਲ ਹੋਈ ਜਾਂਦਾ, ਵੋਟਾਂ ਮੰਗਣ ਆਉਂਦੇ ਅਸੀਂ ਵੋਟ ਕਿਵੇਂ ਦੇਈਏ ਇਹਨਾਂ ਨੂੰ, ਵੋਟ ਲੈਣ ਦੇ ਪਿਆਰ ਨਾਲ ਲੈ ਜਾਂਦੇ ਆ, ਨਹੀਂ ਅਸੀਂ ਸਾਰੇ ਕੰਮ ਕਰਵਾਵਾਂਗੇ, ਤੁਹਾਡੀ ਗਲੀ ਦੇ ਵਿੱਚ ਅਸੀਂ ਪਾਰਕ ਬਣਾ ਦਾਂਗੇ, ਅਸੀਂ ਤੁਹਾਡੀ ਗਲੀ ਦੇ ਵਿੱਚ ਆਹ ਕਰ ਦਾਂਗੇ, ਅਸੀਂ ਤੁਹਾਡੀ ਗਲੀ ਦੇ ਵਿੱਚ ਆਹ ਕੁਛ ਵੀ ਨਹੀਂ ਹੁੰਦਾ, ਸਾਨੂੰ ਤਾਂ ਸਿਰਫ ਆਹ ਲੈਟਰਿੰਗ ਮੱਥੇ ਮਾਰਵਾਈ ਦੀ, ਵੋਟਾਂ ਮੰਗਣਾ ਤਾਂ ਕੀ ਕਰੋ, ਅਸੀਂ ਤਾਂ ਛਿੱਤਰਾਂ ਨਾਲ ਵੋਟਾਂ ਵਾਲਿਆਂ ਨੂੰ ਕੱਢਾਂਗੇ ਗਲੀ ਦੇ ਵਿੱਚੋਂ, ਸਾਡਾ ਇਹ ਹੈਗੀ ਹੈ ਡਾਕਟਰ ਸੁਖਦੇਵ ਦੀ ਗਲੀ, ਜਿਹੜਾ ਵੀ ਵੋਟ ਮੰਗਣ ਕੋਈ MC ਆਵੇ, ਕੋਈ ਇੱਥੇ ਮੁੰਡਾ ਆਵੇ, ਮੈਂ ਤਾਂ ਜ਼ਰੂਰ ਚੱਪਲਾਂ ਨਾਲ ਕੱਢੂੰਗੀ, ਹਾਰ ਪਾਉਂਗੇ ਗੱਲ 'ਚ ਉਹਨਾਂ ਦੇ, ਉਹਨਾਂ ਨੂੰ ਛਿੱਤਰਾਂ ਦੇ ਹਾਰ ਪਾਵਾਂਗੇ, ਜਿਹੜਾ ਸਾਡੀ ਗਲੀ ਦੇ ਵਿੱਚ ਨਰਕ ਨਾ ਕੱਢੂਗਾ, ਇਹ ਕੀ ਮਤਲਬ ਹੈ ਵੀ ਅਸੀਂ ਗੰਦ ਗੂੰਹ ਦਾ ਦਰਸ਼ਨ ਕਰੀ ਜਾਈਏ, ਮੈਂ ਇਸੇ ਪਿੰਡ ਦਾ ਜੰਪਲ ਹਾਂ, ਮੈਂ ਘਰ ਘਰ ਜਾ ਕੇ ਪਿੰਡ ਦੇ ਵਿੱਚ ਵੇਖਿਆ ਬਹੁਤ ਮਾੜਾ ਹਾਲਾਤ ਆ, ਅੱਜ ਜਿਹਨਾਂ ਲੋਕਾਂ ਨੂੰ ਇਹਨਾਂ ਨੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਨੇ, ਇਹ ਆਪਣੀ ਜਵਾਨੀ ਜੋ ਗਿੱਦੜਾਂ ਦੀਆਂ ਔਰਤਾਂ ਇਹ ਦੁਖੀ ਹੋ ਕੇ ਦੱਸ ਰਹੀਆਂ, ਆਉਣ ਵਾਲੇ ਜਾਂ MLA ਕਿਸੇ ਵੀ ਪਾਰਟੀ ਦਾ ਇਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਪੁੱਛਾਂਗੇ ਵੀ ਸਾਡੇ ਘਰਾਂ ਦੇ ਵਿੱਚ ਜੋ ਪਾਣੀ ਆ ਇਹ ਸਮੱਸਿਆ ਨਹੀਂ ਕਰ ਸਕਦੇ, ਤਾਂ ਅਸੀਂ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਜੋ ਇਹ ਕਰਨਗੇ ਇਹ ਤੁਹਾਨੂੰ ਆਪ ਦੱਸ ਚੁੱਕੇ ਨੇ, ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਲਈ ਕਹਿ ਰਹੇ ਹਾਂ ਕਿ ਅੱਜ ਅਸੀਂ ਲੰਬੀ ਰੋਡ ਜੋ ਹਾਈਵੇ ਆ ਅਸੀਂ ਉਹ ਬੰਦ ਕੀਤਾ, ਇਹ ਉਹਦਾ ਪਾਣੀ ਉਹਨਾਂ ਨੇ 2 ਘੰਟੇ ਦੇ ਵਿੱਚ ਕਿਹਾ ਨਾ ਖੁੱਲ੍ਹਿਆ, ਤਾਂ ਅਸੀਂ ਰਾਤ ਦਿਨ ਲਈ ਅਸੀਂ ਉੱਥੇ ਮਜ਼ਦੂਰ ਧਰਨਾ ਨੂੰ ਦਿੱਤਾ, ਅਸੀਂ ਦੁਬਾਰਾ ਧਰਨੇ 'ਤੇ ਜਾਂਦੇ ਨੇ, PO ਸਾਹਿਬ ਆਏ ਸੀ ਉਹਨਾਂ ਨੂੰ ਮੌਕਾ ਦਿਖਾਇਆ, ਉਹਨਾਂ ਨੇ ਫਿਲਟਰ ਲਾਏ ਹੋਏ ਨੇ, ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਵੇਖ ਲਓ ਇਸ ਤਰ੍ਹਾਂ ਨਾ ਵੀ ਹੋਇਆ ਤਾਂ ਜਿੰਨੀ ਦੇਰ ਪਿੰਡ ਦਾ ਪਾਣੀ ਨਹੀਂ ਨਿਕਲਦਾ ਪਿੰਡ ਦੇ ਜੋ ਲੋਕ ਮੈਂਬਰ ਨੇ ਉਹ ਸੁੱਤੇ ਨੇ, ਅਸੀਂ ਉਹਨਾਂ ਨੂੰ ਜਗਾ ਰਹੇ ਨੇ, ਇੱਥੋਂ ਦੇ ਜੋ MLA ਨੇ ਉਹ ਕਹਿੰਦਾ ਵੀ ਇਹ ਵੇਖ ਬਹੁਤ ਵਧੀਆ ਸ਼ਹਿਰ ਬਣਾਇਆ, ਮੈਂ ਇਹ ਪਿੰਡ ਨੂੰ ਬਣਾਇਆ ਹੋਇਆ, ਪਿੰਡ ਨੂੰ ਬਠਿੰਡੇ ਕਹਿੰਦੇ ਕਿ ਮੈਂ ਗਿੱਦੜੇ ਅੱਗਾ ਬਣਾਉਣਾ, ਬਠਿੰਡੇ ਦੇ ਹਾਲਾਤ ਵੀ ਪਾਣੀ ਦੇ ਵਿੱਚ ਲੋਕ ਡੁੱਬੇ ਹੋਏ ਨੇ, ਗਿੱਦੜਾਂ ਦੇ ਲੋਕ ਵੀ ਡੁੱਬੇ ਹੋਏ ਨੇ, ਇਹ ਮੈਂ ਬਾਹਰਲੇ ਦੇਸ਼ ਦੇ ਲੋਕ ਬੈਠੇ ਨੇ ਪਿੰਡਾਂ ਦੇ, ਕੈਨੇਡਾ ਨੇ ਅਮੈਰੀਕਾ ਦੇ ਜੋ ਲੋਕ ਗਿੱਦੜਾਂ ਤੋਂ ਬਾਹਰ ਗਏ ਆ ਉਹਨਾਂ ਨੂੰ ਪਤਾ ਕਿ ਸਾਡਾ ਗਿੱਦੜਵਾ ਗਿੱਦੜਵਾ ਹੀ ਆ, ਉਹ ਕੋਈ ਕੈਨੇਡਾ ਨਹੀਂ ਬਣਿਆ, ਮੈਂ ਇਸ ਗੱਲ ਨੂੰ ਪ੍ਰਸ਼ਾਸਨ ਨੂੰ ਕਹਿੰਦਾ, ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਨੂੰ ਕਹਿੰਦਾ ਕਿ ਇਹ ਲੰਮਾ ਟਾਈਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ 'ਤੇ ਲੰਮਾ ਟਾਈਮ ਰਾਜਨੀਤੀ ਕੀਤੀ ਆ, ਬਾਦਲ ਸਾਹਿਬ ਨੇ ਕੋਈ ਸਾਡਾ ਪੁੱਲ ਨਹੀਂ ਬਣਾਇਆ, ਕੋਈ ਐਡਾ ਸੀਵਰ ਸਿਸਟਮ ਵਧੀਆ ਨਹੀਂ ਬਣਾਇਆ, ਦੋਨਾਂ ਹੀ ਸਰਕਾਰਾਂ ਨੂੰ ਮੈਂ ਬੇਨਤੀ ਕਰਦਾ ਕਿ ਇੱਦਾਂ ਦੇ ਡਰਾਮੇ ਨਾ ਕਰੋ, ਲੋਕਾਂ ਨੂੰ ਕੰਮ ਦਿਓ, ਲੋਕ ਪੈਸੇ ਦਿੰਦੇ ਨੇ ਬੱਚੇ ਪੜ੍ਹਾਉਣ ਲਈ, ਕੋਈ ਸਕੂਲ ਨਹੀਂ, ਪਿੰਡ ਸਾਡਾ ਪਿੰਡ ਹੀ ਆ, ਬਹੁਤ ਸਾਨੂੰ ਮਾੜੇ ਸ਼ਬਦਾਂ ਦੇ ਨਾਲ ਸਾਨੂੰ ਇਹ ਬੇਨਤੀ ਕਰਨੀ ਪੈਂਦੀ ਆ, CM ਸਾਹਿਬ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਕਿ CM ਸਾਹਿਬ ਇਲਾਕੇ ਦੇ ਕੰਮ ਛੱਡ ਕੇ ਗਿੱਦੜਾ ਵੱਲ ਸਪੈਸ਼ਲ ਕੋਈ ਟੀਮ ਭੇਜੀ ਜਾਵੇ, ਜਿਸ ਕਾਰਨ ਜੋ ਨਰਕ ਦੀ ਜ਼ਿੰਦਗੀ ਜੋ ਲੋਕ ਜੀ ਰਹੇ ਆ, ਅਸੀਂ ਇਸੇ ਕਰਕੇ ਬੇਨਤੀ ਕਰਦੇ ਕੈਪਟਨ ਸਾਹਿਬ ਨੂੰ, ਅਸੀਂ ਇਸ ਵਿਸ਼ਵਾਸਨ ਦੇ ਕਹਿੰਦੇ ਕਿ ਸਾਡੇ ਕੋਲ ਕੋਈ ਚੰਡੀਗੜ੍ਹੋਂ ਟੀਮ ਆਵੇ ਜੋ ਇਹਦਾ ਵੇਖ ਕੇ ਪਾਣੀ ਦਾ ਹੱਲ ਕੀਤਾ ਜਾਵੇ। ਗਿੱਦੜ ਬਾਹਾ ਸੇ ਸ਼ਕਤੀ ਜਿੰਦਲ ਕੀ ਰਿਪੋਰਟ।